चल परी। गहरा नीला समुंदर। एक बार समुंदर दे किनारे एक बहुत वड्डा महल सी। उथे प्रिंस एडवर्ड ते उना दी पत्नी खुशी नाल रहंदे सी। उसदा नाम आर्या सी अते ओ एक जल परी सी। बहुत डूंगी हनेरी गुफा विच एक होर महल सी, पर ए एक दुष्ट महल सी। समुद्री राजा दी शतान पैन समुद्री राज नो नष्ट करन अते अपने भरा दी गद्दी खोण दे लई नित नवी योजनावां ते साजिशां रचिया करती सी। एक दिन शैतान समुद्री चुड़ैल वेगा अपने खास सप दे नाल समुंदर तल ते तैर रही सी। अते उसने रेत विच बैंगनी रंग दे फ्रेम दे नाल एक शीशा वेख्या। जादू दा शीशा एथे महासागर दे तल विच, मैनू हैरानी है ए कित्थों आया। असी इसनू गुफा विच ले चलदे हां। इस मेरे आका, इस साडे कम दा हो सकदा है। इस समुद्री चुड़ैल वेगा ने शीशा लिया अते अपनी गुफा विच चली गई। ਜਿਵੇਂ ਹੀ ਉਹ ਉੱਥੇ ਪਹੁੰਚੀ ਉਹ ਸ਼ੀਸ਼ੇ ਦੇ ਸਾਹਮਣੇ ਖੜੀ ਸੀ, ਪਰ ਉਸਨੂੰ ਖੁਦ ਦਾ ਅਕਸ ਨਜ਼ਰ ਨਹੀਂ ਆ ਰਿਹਾ ਸੀ ਅਤੇ ਨਾ ਹੀ ਕਿਸੇ ਹੋਰ ਚੀਜ਼ ਦਾ। ਦਿਨ ਬੀਤਣ ਲੱਗੇ ਅਤੇ ਹਾਲੇ ਵੀ ਜਾਦੂ ਦਾ ਸ਼ੀਸ਼ਾ ਸਿਰਫ਼ ਘੁੰਮਦਾ ਅਤੇ ਤੈਰਦਾ ਰਹਿੰਦਾ ਸੀ। ਸਮੁੰਦਰੀ ਚੁੜੈਲ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਕਿਵੇਂ ਕੰਮ ਕਰਦਾ ਹੈ ਅਤੇ ਜਿਵੇਂ ਹੀ ਉਹ ਇਸਨੂੰ ਦੂਰ ਸੁੱਟਣ ਜਾ ਰਹੀ ਸੀ ਭੰਵਰ ਬਦਲਣ ਲੱਗਾ। ਭੰਵਰ ਦੇ ਅੰਦਰ ਮੈਜਿਕ ਮਿਰਰ ਦਾ ਮਾਲਕ ਪ੍ਰਗਟ ਹੋਇਆ। ਇਹ ਦੁਸ਼ਟ ਰਾਣੀ ਹੇਲਾ ਸੀ। ਸ਼ੀਸ਼ੇ ਸ਼ੀਸ਼ੇ, ਤੈਨੂੰ ਲੱਗਦਾ ਹੈ ਕਿ ਮੈਨੂੰ ਵਿਖਾ, ਮੈਨੂੰ ਵਿਖਾ, ਮੈਨੂੰ ਵਿਖਾ, ਤੂੰ ਕਿੱਥੇ ਡੁੱਬ ਗਿਆ। ਵੇਗਾ ਇਹ ਵੇਖ ਕੇ ਹੈਰਾਨ ਰਹਿ ਗਈ ਕਿ ਸ਼ੀਸ਼ੇ ਵਿੱਚ ਇੱਕ ਧਰਤੀ ਵਾਸੀ ਔਰਤ ਸੀ ਅਤੇ ਸਭ ਡਰ ਕੇ ਲੁਕ ਗਿਆ। ਮੇਰੇ ਆਕਾ, ਇਸ ਸ਼ੀਸ਼ੇ ਦੇ ਅੰਦਰ ਵਾਲੀ ਔਰਤ ਤੁਸੀਂ ਨਹੀਂ ਹੋ। ਸਮੁੰਦਰੀ ਚੁੜੈਲ ਵੇਗਾ ਸ਼ੀਸ਼ੇ ਦੇ ਕੋਲ ਆਈ ਅਤੇ ਹੇਲਾ ਨੂੰ ਜਵਾਬ ਦਿੱਤਾ। ਇਹ ਜਾਦੂ ਦਾ ਸ਼ੀਸ਼ਾ ਸਮੁੰਦਰ ਦੇ ਥੱਲੇ ਹਨੇਰੇ ਪਾਣੀ ਵਿੱਚ ਹੈ ਅਤੇ ਪੋਸਾਈਡਨ ਦੀ ਭੈਣ ਦੇ ਕਬਜ਼ੇ ਵਿੱਚ ਹੈ ਤੇ ਉਹ ਮੈਂ ਆ। ਹੇਲਾ ਅਤੇ ਉਸ ਦਾ ਚੈਂਬਰ ਡੰਕੋ ਉਸ ਤੇ ਵਿਸ਼ਵਾਸ ਨਹੀਂ ਕਰ ਪਾ ਰਹੇ ਸੀ ਜੋ ਉਹਨਾਂ ਨੇ ਵੇਖਿਆ। ਇੱਕ ਲੰਮੇ ਲੰਮੇ ਪੈਰਾਂ ਵਾਲੀ ਸਮੁੰਦਰੀ ਜਨਾਨੀ। ਡੰਕੋ ਨੇ ਸਮੁੰਦਰੀ ਰਾਜ ਦੇ ਬਾਰੇ ਸੁਣਿਆ ਸੀ। ਉਹ ਉਸ ਦੁਨੀਆ ਦੀ ਸ਼ਕਤੀਆਂ ਦੇ ਬਾਰੇ ਚ ਰਾਣੀ ਨੂੰ ਫੁਸਫੁਸਾਇਆ। ਹੇਲਾ ਨੂੰ ਸਮੁੰਦਰ ਤੋਂ ਨਵੀਂ ਸ਼ਕਤੀਆਂ ਪ੍ਰਾਪਤ ਕਰਨ ਵਿੱਚ ਬਹੁਤ ਦਿਲਚਸਪੀ ਸੀ, ਇਸ ਲਈ ਉਸਨੇ ਸਮੁੰਦਰੀ ਚੁੜੈਲ ਨੂੰ ਇੱਕ ਪੇਸ਼ਕਸ਼ ਦਿੱਤੀ। ਠੀਕ ਹੈ ਜ਼ਮੀਨੀ ਚੁੜੈਲ ਸੈਂਡਵਿਚ, ਜੇ ਮੈਂ ਤੈਨੂੰ ਇੱਕ ਸੌਦਾ ਦਿਆਂ ਤਾਂ ਕਿਵੇਂ ਰਹੇਗਾ? ਤੂੰ ਬੁਰੇ ਦਿਲ ਦੀ ਰਾਣੀ, ਜੇ ਤੂੰ ਇੱਕ ਸਮੱਸਿਆ ਤੋਂ ਨਿਕਲਣ ਵਿੱਚ ਮੇਰੀ ਮਦਦ ਕਰੇਂਗੀ ਤਾਂ ਮੈਂ ਤੈਨੂੰ ਜਾਦੂਈ ਮੰਤਰਾਂ ਦੀ ਕਿਤਾਬ ਦਿਆਂਗੀ। ਸਮੁੰਦਰੀ ਚੁੜੈਲ ਵੇਗਾ ਨੇ ਜਲ ਪਰੀ ਆਰਿਆ ਅਤੇ ਪ੍ਰਿੰਸ ਐਡਵਰਡ ਦੇ ਬਾਰੇ ਚ ਦੁਸ਼ਟ ਹੇਲਾ ਨੂੰ ਸਭ ਕੁਝ ਦੱਸ ਦਿੱਤਾ। ਉਸਨੇ ਕਿਹਾ ਕਿ ਜੇ ਉਹ ਰਾਜਕੁਮਾਰ ਨੂੰ ਬੰਦੀ ਬਣਾ ਲਵੇ ਤਾਂ ਉਹ ਹਮੇਸ਼ਾ ਦੇ ਲਈ ਗਹਿਰੇ ਸਮੁੰਦਰੀ ਰਾਜ ਤੇ ਕਬਜ਼ਾ ਕਰ ਸਕਦੀ ਹੈ। ਤਿੰਨ ਦਿਨ ਬਾਅਦ ਰਾਜਕੁਮਾਰ ਐਡਵਰਡ ਨੇ ਆਪਣੇ ਪਿਤਾ ਦੇ ਜਹਾਜ਼ ਤੇ ਸਮੁੰਦਰੀ ਯਾਤਰਾ ਦੀ ਤਿਆਰੀ ਸ਼ੁਰੂ ਕੀਤੀ। ਹਮੇਸ਼ਾ ਦੀ ਤਰ੍ਹਾਂ ਉਹ ਜਹਾਜ਼ ਦੇ ਕਮਾਨ ਤੇ ਚੜ ਗਿਆ ਅਤੇ ਬਦਲਾਂ ਨੂੰ ਵੇਖ ਕੇ ਮੌਸਮ ਦਾ ਅੰਦਾਜ਼ਾ ਲਾਉਣ ਲੱਗਾ। ਆਕਾਸ਼ ਸਾਫ਼ ਹੈ, ਮੌਸਮ ਗੁਲਾਬੀ ਹੈ ਅਤੇ ਬੱਦਲ ਜ਼ਿਆਦਾ ਨੇ, ਕਿਸ਼ਤੀ ਚਲਾਉਣ ਦੇ ਲਈ ਸਭ ਕੁਝ ਸਹੀ ਹੈ। ਇਸ ਦੇ ਬਾਅਦ ਪ੍ਰਿੰਸ ਐਡਵਰਡ ਰੇਲਿੰਗ ਤੇ ਝੁੱਕ ਕੇ ਵੇਖਣ ਜਾ ਰਿਹਾ ਸੀ ਕਿ ਕੀ ਪਾਣੀ ਸ਼ਾਂਤ ਹੈਗਾ, ਪਰ ਰਾਜਕੁਮਾਰ ਦਾ ਕੁੱਤਾ ਭੌਂਕਦਾ ਹੋਇਆ ਉਸ ਦੇ ਕੋਲ ਭੱਜਿਆ ਆਇਆ। ਕੁੱਤੇ ਨੇ ਉਸ ਨੂੰ ਜ਼ਮੀਨ ਦੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ। ਓਹ, ਕੀ ਹੋਇਆ ਮੇਰੇ ਸਿਆਣੇ ਦੋਸਤ,
ਕੀ ਕੋਈ ਖਤਰੇ ਦੀ ਗੱਲ ਹੈ? ਅਤੇ ਉਸੇ ਵੇਲੇ ਅਸਮਾਨ ਵਿੱਚ ਅਚਾਨਕ ਹਨੇਰਾ ਛਾ ਗਿਆ। ਬਦਲਾਂ ਨੇ ਇਕੱਠੇ ਨਾਲ ਆ ਕੇ ਸੂਰਜ ਦੀ ਰੌਸ਼ਨੀ ਨੂੰ ਰੋਕ ਦਿੱਤਾ। ਦੂਰ ਸਮੁੰਦਰ ਵਿੱਚ ਵੱਡੀਆਂ ਵੱਡੀਆਂ ਲਹਿਰਾਂ ਵੇਖਣ ਲੱਗੀਆਂ। ਰਾਣੀ ਹੇਲਾ ਆਪਣੇ ਕ੍ਰਿਸਟਲ ਬਾਲ ਦੀ ਮਦਦ ਨਾਲ ਰਾਜਕੁਮਾਰ ਦੇ ਜਹਾਜ਼ ਦੇ ਚਾਰੋਂ ਪਾਸੇ ਬਦਲਾਂ ਅਤੇ ਹਵਾਵਾਂ ਨੂੰ ਕਾਬੂ ਕਰ ਰਹੀ ਸੀ ਅਤੇ ਸਮੁੰਦਰੀ ਚੁੜੈਲ ਵੇਗਾ ਉਸਦੇ ਕ੍ਰਿਸਟਲ ਮੋਤੀ ਦੇ ਜ਼ਰੀਏ ਵੱਡੀਆਂ ਵੱਡੀਆਂ ਲਹਿਰਾਂ ਪੈਦਾ ਕਰ ਰਹੀ ਸੀ। ਉਸੇ ਵੇਲੇ ਇੱਕ ਬਹੁਤ ਵੱਡੀ ਲਹਿਰ ਐਡਵਰਡ ਦੇ ਵੱਲ ਆਈ ਅਤੇ ਉਸ ਨੂੰ ਬਹਾ ਕੇ ਲੈ ਗਈ ਉਸੇ ਪਾਣੀ ਵਿੱਚ ਸਮੁੰਦਰ ਦੇ ਤਲ ਤੱਕ। ਇੱਧਰ ਮਹਿਲ ਵਿੱਚ ਜਲਪਰੀ ਆਰੀਆ ਨੇ ਭਿਆਨਕ ਤੂਫਾਨ ਵੇਖਿਆ। ਉਹ ਪ੍ਰਿੰਸ ਐਡਵਰਡ ਨੂੰ ਲੱਭਣ ਦੇ ਲਈ ਡੌਕ ਦੇ ਵੱਲ ਭੱਜੀ ਗਈ। ਉਹ ਉਸ ਡੌਕ ਦੀ ਤਰਫ ਭੱਜੀ ਜਿੱਥੇ ਡੈਗੀ ਤੂਫਾਨ ਤੋਂ ਹੁਣੇ ਵਾਪਸ ਆਇਆ ਸੀ। ਸਾਡੇ ਕੋਲ ਜ਼ਿਆਦਾ ਸਮਾਂ ਨਹੀਂ ਹੈ ਡੈਗੀ। ਸੱਪ ਜੋ ਸਮੁੰਦਰ ਦੇ ਤਲ ਤੇ ਇੰਤਜ਼ਾਰ ਕਰ ਰਿਹਾ ਸੀ ਨੇ ਰਾਜਕੁਮਾਰ ਨੂੰ ਫੜ ਲਿਆ ਅਤੇ ਉਸਦੇ ਪੈਰ ਬੰਨ੍ਹ ਦਿੱਤੇ ਤੇ ਉਸਨੂੰ ਪਾਣੀ ਦੇ ਥੱਲੇ ਦੀ ਗੁਫਾ ਵਿੱਚ ਲੈ ਗਿਆ। ਜਲਪਰੀ ਆਰੀਆ ਨੇ ਆਪਣੀ ਸਾਰੀ ਹਿੰਮਤ ਜੁਟਾਈ ਤੇ ਸਮੁੰਦਰ ਵਿੱਚ ਘਾਟ ਤੋਂ ਡੁਬਕੀ ਮਾਰੀ, ਪਰ ਵੇਗਾ ਨੇ ਉਸਨੂੰ ਆਪਣੇ ਕ੍ਰਿਸਟਲ ਮੋਤੀ ਦੇ ਜ਼ਰੀਏ ਵੇਖ ਲਿਆ ਤੇ ਅਚਾਨਕ ਉੱਪਰ ਦੇ ਪਾਣੀ ਨੂੰ ਬਰਫ਼ ਵਿੱਚ ਬਦਲ ਦਿੱਤਾ। ਇਸ ਲਈ ਜਲਪਰੀ ਆਰੀਆ ਸਿੱਧੇ ਸਖ਼ਤ ਬਰਫ਼ ਤੇ ਗਿਰੀ ਤੇ ਉਸਨੂੰ ਚੋਟ ਲੱਗ ਗਈ। ਉਸਨੇ ਆਪਣੇ ਹੱਥਾਂ ਤੇ ਪੈਰਾਂ ਨਾਲ ਬਰਫ਼ ਤੋੜਨ ਦੀ ਕੋਸ਼ਿਸ਼ ਕੀਤੀ। ਓ ਨਹੀਂ, ਮੈਂ ਪਾਣੀ ਵਿੱਚ ਨਹੀਂ ਜਾ ਸਕਦੀ। ਇਹ ਜ਼ਰੂਰ ਵੇਗਾ ਹੀ ਹੋਣੀ ਜੋ ਮੈਨੂੰ ਐਡਵਰਡ ਨੂੰ ਬਚਾਉਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੇ ਸਮੇਂ ਉਸਦੀ ਛੋਟੀ ਦੋਸਤ ਡੌਲਫਿਨ ਡੌਲਫੀ, ਜਿਸਨੇ ਮਹਿਸੂਸ ਕੀਤਾ ਕਿ ਆਰੀਆ ਸਮੁੰਦਰ ਵਿੱਚ ਗੋਤਾ ਨਹੀਂ ਲਾ ਸਕਦੀ, ਉਸਦੇ ਕੋਲ ਆਈ ਤੇ ਉਸਨੇ ਆਪਣੀ ਨੱਕ ਨਾਲ ਬਰਫ਼ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਇਹ ਬਹੁਤ ਔਖਾ ਸੀ। ਤਦ ਸੀਗਲ ਰਿੰਗੋ ਮਦਦ ਕਰਨ ਦੇ ਲਈ ਆਇਆ। ਉਸਨੇ ਆਪਣੀ ਚੋਂਚ ਨਾਲ ਬਰਫ਼ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਵੀ ਨਾਕਾਮ ਰਿਹਾ। ਸਮਾਂ ਬੀਤਦਾ ਜਾ ਰਿਹਾ ਸੀ। ਰਾਜਕੁਮਾਰ ਐਡਵਰਡ ਨੂੰ ਸਮੁੰਦਰੀ ਚੁੜੈਲ ਦੀ ਗੁਫਾ ਵਿੱਚ ਕੈਦ ਕੀਤਾ ਗਿਆ ਸੀ ਤੇ ਉਹ ਆਪਣਾ ਸਾਹ ਜ਼ਿਆਦਾ ਦੇਰ ਤੱਕ ਨਹੀਂ ਰੋਕ ਸਕਦਾ ਸੀ। ਵੇਗਾ ਸਮੁੰਦਰੀ ਚੁੜੈਲ ਕਾਲੇ ਸ਼ੀਸ਼ੇ ਦੇ ਸਾਹਮਣੇ ਖੜੀ ਸੀ। ਸਮੁੰਦਰ ਦੇ ਕਾਲੇ ਸ਼ੀਸ਼ੇ, ਆ ਉਸ ਸੈਂਡਵਿਚ ਰਾਣੀ ਹੇਲਾ ਨੂੰ ਮੈਨੂੰ ਵਿਖਾ। ਮੈਂ ਉਹੀ ਕੀਤਾ ਜੋ ਤੂੰ ਚਾਹੁੰਦੀ ਸੀ ਲੰਮੇ ਪੈਰਾਂ ਵਾਲੀਏ। ਹੁਣ ਤੂੰ ਬਦਲੇ ਵਿੱਚ ਮੈਨੂੰ ਜਾਦੂਈ ਮੰਤਰਾਂ ਵਾਲੀ ਕਿਤਾਬ ਦੇਵੇਂਗੀ। ਸਮੁੰਦਰੀ ਚੁੜੈਲ ਨੇ ਜੜੀ ਬੁੱਟੀਆਂ ਵਾਲੀ ਅਲਮਾਰੀ ਚੋਂ ਜਾਦੂਈ ਮੰਤਰਾਂ ਦੀ ਕਿਤਾਬ ਕੱਢੀ ਤੇ ਇਸ ਨੂੰ ਸ਼ੀਸ਼ੇ ਦੇ ਅੰਦਰ ਦੇ ਭੰਵਰ ਦੇ ਜ਼ਰੀਏ ਤੋਂ ਸ਼ੀਸ਼ੇ ਵਿੱਚ ਸੁੱਟ ਦਿੱਤਾ। ਪਰ ਕਿਤਾਬ ਦੇ ਨਿੱਕੇ ਆਕਟੋਪਸ ਹਥਿਆਰ ਵੇਗਾ ਦੀ ਬਾਹ ਨਾਲ ਚਿਪਕ ਗਏ ਸੀ ਅਤੇ ਉਹ ਉਹਨਾਂ ਨੂੰ ਜਾਣ ਨਹੀਂ ਦੇ ਸਕਦੀ ਸੀ ਤੇ ਇਸੇ ਲਈ ਜਾਦੂਈ ਸ਼ੀਸ਼ੇ ਨੇ ਉਸ ਨੂੰ ਉਸ ਧਰਤੀ ਤੇ ਪਹੁੰਚਾ ਦਿੱਤਾ ਜਿੱਥੇ ਰਾਣੀ ਹੇਲਾ ਰਹਿੰਦੀ ਸੀ। ਨਹੀਂ ਨਹੀਂ, ਇਹ ਨਹੀਂ ਹੋ ਸਕਦਾ। ਮੈਂ ਇੱਥੇ ਕਿਵੇਂ ਆਈ? ਮੈਂ ਆਪਣੀ ਗੁਫਾ ਵਿੱਚ ਵਾਪਸ ਜਾਣਾ ਹੈ। ਜਦੋਂ ਸਮੁੰਦਰੀ ਚੁੜੈਲ ਜ਼ਮੀਨ ਤੇ ਇੱਧਰ ਉੱਧਰ ਡਿੱਗੀ ਤਾਂ ਨਿੱਕੀ ਡੌਲਫਿਨ ਡੌਲਫੀ ਮਦਦ ਦੇ ਲਈ ਗਈ ਸੀ। ਉਸਨੇ ਬਰਫ਼ ਨੂੰ ਤੋੜਨ ਵਿੱਚ ਮਦਦ ਦੇ ਲਈ ਗਹਿਰੇ ਸਮੁੰਦਰੀ ਰਾਜ ਵਿੱਚ ਰਹਿਣ ਵਾਲੀ ਵੱਡੀ ਵੇਲ ਬਿੱਲੀ ਤੋਂ ਪੁੱਛਿਆ। ਵਿਸ਼ਾਲ ਵੇਲ ਬਿੱਲੀ ਤੇ ਨਿੱਕੀ ਡੌਲਫਿਨ ਡੌਲਫੀ ਪਾਣੀ ਦੀ ਸਤ੍ਹਾ ਦੇ ਵੱਲ ਤੈਰਨ ਲੱਗੇ। ਆਰੀਆ, ਜਿਸਨੇ ਮਹਿਸੂਸ ਕੀਤਾ ਕਿ ਬਿੱਲੀ ਕੀ ਕਰ ਰਹੀ ਸੀ, ਇਹ ਵੇਖ ਕੇ ਬਹੁਤ ਖੁਸ਼ ਸੀ। ਵੱਡੀ ਵੇਲ ਉੱਪਰ ਵੱਲ ਤੈਰਨ ਲੱਗੀ ਤੇ ਆਪਣੀ ਮਜ਼ਬੂਤ ਨੱਕ ਦੇ ਨਾਲ ਸਤ੍ਹਾ ਤੇ ਬਰਫ਼ ਤੋੜਨ ਵਿੱਚ ਕਾਮਯਾਬ ਰਹੀ। ਜਲਪਰੀ ਆਰੀਆ ਤੁਰੰਤ ਪਾਣੀ ਵਿੱਚ ਕੁੱਦ ਗਈ ਤੇ ਦੁਸ਼ਟ ਵੇਗਾ ਦੀ ਪਾਣੀ ਦੇ ਥੱਲੇ ਦੀ ਗੁਫਾ ਦੇ ਵੱਲ ਤੈਰਨ ਲੱਗੀ। ਜਿਵੇਂ ਹੀ ਆਰੀਆ ਪਾਣੀ ਵਿੱਚ ਦਾਖਲ ਹੋਈ, ਉਸਦੇ ਪੈਰ ਇੱਕ ਜਲਪਰੀ ਦੀ ਪੂੰਛ ਵਿੱਚ ਬਦਲ ਗਏ। ਉਸਦੀ ਸਹੇਲੀਆਂ ਡੌਲਫੀ ਅਤੇ ਬਿੱਲੀ ਵੀ ਉਸਦੇ ਨਾਲ ਤੈਰੀਆਂ ਤੇ ਸਮੁੰਦਰੀ ਚੁੜੈਲ ਵੇਗਾ ਦੀ ਗੁਫਾ ਵਿੱਚ ਪਹੁੰਚ ਗਈਆਂ। ਗੁਫਾ ਦੇ ਪ੍ਰਵੇਸ਼ ਦੁਆਰ ਤੇ ਦੋ ਮੂੰਹਾਂ ਪਹਿਰੀ ਸੱਪ ਖੜਾ ਸੀ। ਜਿਵੇਂ ਹੀ ਉਸਨੇ ਕਿਸੇ ਨੂੰ ਆਉਂਦਿਆਂ ਵੇਖਿਆ, ਉਸਨੇ ਸਮੁੰਦਰੀ ਚੁੜੈਲ ਨੂੰ ਬਾਹਰ ਬੁਲਾਇਆ, ਜੋ ਉਸਨੇ ਸੋਚਿਆ ਕਿ ਹਾਲੇ ਵੀ ਗੁਫਾ ਵਿੱਚ ਹੈ। ਮੇਰੇ ਐ ਕੈਜ਼, ਉਹ ਆ ਗਏ ਹਨ, ਉਹ ਆ ਗਏ ਹਨ। ਤੁਸੀਂ ਕਿੱਥੇ ਹੋ? ਕੁਝ ਤਾਂ ਕਰੋ।
ਵੱਡੀ ਵੇਲ ਬਿੱਲੀ ਦਾ ਸੱਪਾਂ ਨਾਲ ਕਾਫੀ ਵਾਸਤਾ ਪਿਆ ਸੀ, ਇਸ ਲਈ ਉਸਨੇ ਉਸਨੂੰ ਆਪਣੇ ਵੱਡੇ ਮੂੰਹ ਵਿੱਚ ਫਸਾ ਲਿਆ। ਨੋ ਨੋ, ਮੈਨੂੰ ਵੇਲ ਦੇ ਸਾਹ ਤੋਂ ਨਫ਼ਰਤ ਹੈ ਤੇ ਇੱਥੇ ਹਨੇਰਾ ਹੈ, ਮੈਨੂੰ ਬਚਾਓ। ਛੇਤੀ ਕਰ ਡੋਲਫੀ, ਸਾਰੇ ਕਮਰਿਆਂ ਵਿੱਚ ਲੱਭ, ਮੈਂ ਪ੍ਰਿੰਸ ਐਡਵਰਡ ਨੂੰ ਲੱਭਣ ਦੇ ਲਈ ਬੌਂਡ ਡੰਜਨ ਜਾ ਰਹੀ ਹਾਂ। ਜਦੋਂ ਜਲਪਰੀ ਆਰਿਆ ਬੌਂਡ ਡੰਜਨ ਵਿੱਚ ਪਹੁੰਚੀ ਤਾਂ ਉਸਨੇ ਰਾਜਕੁਮਾਰ ਨੂੰ ਫਰਸ਼ ਤੇ ਬੇਹੋਸ਼ ਵੇਖਿਆ। ਆਰਿਆ ਨੇ ਬੌਂਡ ਕੇਜ ਦੀ ਦਰਾਰਾਂ ਵਿੱਚੋਂ ਝਾਂਕਿਆ ਤੇ ਫਿਰ ਪਾਣੀ ਦੇ ਥੱਲੇ ਸਾਹ ਲੈਣ ਵਿੱਚ ਮਦਦ ਕਰਨ ਦੇ ਲਈ ਰਾਜਕੁਮਾਰ ਦੇ ਮੂੰਹ ਵਿੱਚ ਜਾਦੂ ਦੀ ਸਮੁੰਦਰੀ ਰੇਤ ਪਾਈ। ਅਚਾਨਕ ਇੱਕ ਜਾਦੂ ਦੀ ਰੋਸ਼ਨੀ ਨੇ ਰਾਜਕੁਮਾਰ ਨੂੰ ਘੇਰ ਲਿਆ। ਉਸਦੇ ਪੈਰ ਹੌਲੀ ਹੌਲੀ ਗਾਇਬ ਹੋ ਗਏ ਅਤੇ ਉਹਨਾਂ ਦੀ ਜਗ੍ਹਾ ਤੇ ਲਾਲ ਮੱਛੀ ਦੀ ਪੁੱਛ ਆ ਗਈ ਤੇ ਪ੍ਰਿੰਸ ਐਡਵਰਡ ਜਾ ਗਿਆ ਤੇ ਪਾਣੀ ਦੇ ਥੱਲੇ ਸਾਹ ਲੈਣ ਲੱਗਾ। ਤੁਸੀਂ ਜ਼ਿੰਦਾ ਹੋ ਆਰਿਆ, ਮੈਂ ਪਾਣੀ ਦੇ ਅੰਦਰ ਵੀ ਸਾਹ ਲੈ ਸਕਦਾ ਹਾਂ, ਇਹ ਬਹੁਤ ਸੁੱਖ ਵਾਲਾ ਅਹਿਸਾਸ ਹੈ, ਧੰਨਵਾਦ, ਤੁਸੀਂ ਮੇਰੀ ਜਾਨ ਬਚਾਈ। ਆਓ ਅਸੀਂ ਇੱਥੋਂ ਨਿਕਲ ਚੱਲੀਏ ਮੇਰੇ ਰਾਜਕੁਮਾਰ। ਮਰਮਿਡ ਆਰਿਆ ਅਤੇ ਪ੍ਰਿੰਸ ਐਡਵਰਡ ਯਾਨੀ ਹੁਣ ਇੱਕ ਸਮੁੰਦਰੀ ਮਾਨਵ ਹੱਥ ਫੜ ਕੇ ਪਾਣੀ ਦੀ ਸਤਾ ਤੇ ਤੈਰਨ ਲੱਗੇ। ਉਹਨਾਂ ਦੇ ਜੀਵਨ ਖੁਸ਼ੀਆਂ ਨਾਲ ਭਰ ਗਏ ਅਤੇ ਇਹ ਖੁਸ਼ੀਆਂ ਜਾਰੀ ਰਹੀਆਂ ਧਰਤੀ ਤੇ ਸਮੁੰਦਰ ਦੋਵੇਂ ਥਾਵਾਂ ਤੇ। ਕੀ ਸਾਨੂੰ ਵੀ ਕਦੇ ਪੰਖ ਮਿਲ ਸਕਦੇ ਨੇ? ਉਹ ਕਿੰਨਾ ਕਮਾਲ ਦਾ ਹੋਵੇਗਾ। ਗੰਦਗੀ ਦੇ ਵਿੱਚ ਵਹਿਣ ਦੇ ਬਾਅਦ ਸਮੁੰਦਰੀ ਚੁੜੈਲ ਅੰਤ ਵਿੱਚ ਸਮੁੰਦਰ ਵਿੱਚ ਪਹੁੰਚ ਗਈ ਅਤੇ ਆਪਣੀ ਗੁਫਾ ਵਿੱਚ ਵਾਪਸ ਆਈ। ਅਤੇ ਜਦੋਂ ਉਸਨੇ ਵੇਖਿਆ ਕਿ ਰਾਜਕੁਮਾਰ ਬਚ ਗਿਆ, ਇੱਕ ਤਰੀਕੇ ਨਹੀਂ ਤਾਂ ਦੂਜੇ ਮੈਂ ਉਸ ਗਹਿਰੇ ਸਮੁੰਦਰੀ ਰਾਜ ਨੂੰ ਖੋ ਕੇ ਰਹਾਂਗੀ।